ਹਰਿਆਣਾ ਦੀ ਸਰਹੱਦ ਤੇ ਵਸਿਆ ਪਿੰਡ ਗੁਲਾੜੀ ਜਿਸ ਨੂੰ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਗੋਦ ਲਿਆ ਗਿਆ। ਆਓ ਦੇਖਦੇ ਹਾਂ ਕਿ ਉਹਨਾਂ ਦੇ ਗੋਦ ਲੈਣ ਤੋਂ ਬਾਅਦ ਇਸ ਪਿੰਡ ਦੀ ਨੁਹਾਰ ਕਿੰਨੀ ਕੁ ਬਦਲੀ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ਤੇ ਘੁੱਗ ਵਸਦਾ ਪਿੰਡ ਗੁਲਾੜੀ ਜ਼ਿਲ੍ਹਾ ਸੰਗਰੂਰ ਦੇ ਉਹਨਾਂ ਪਿੰਡਾਂ ਦੇ ਵਿੱਚ ਸ਼ੁਮਾਰ ਹੈ ਜੋ ਬੇਹੱਦ ਪਛੜੇ ਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਨੇ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਪਿੰਡ ਦੀ ਚੋਣ ਕੀਤੀ ਹੈ। ਪਿੰਡ ਅੰਦਰ ਪ੍ਰਵੇਸ਼ ਕਰਨ ਤੋਂ ਲੈ ਕੇ ਤੁਰ ਅੰਦਰ ਤੱਕ ਸਾਰਾ ਮਾਹੌਲ ਪਿੰਡ ਦੀ ਰਿਵਾਇਤੀ ਦਿੱਖ ਪੇਸ਼ ਕਰਦਾ ਹੈ। ਪਿੰਡ ਉੱਪਰ ਹਰਿਆਣਵੀ ਸੱਭਿਆਚਾਰ ਭਾਰੂ ਹੈ। ਇਸ ਪਿੰਡ ਨੂੰ ਚੌਧਰੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਘੱਗਰ ਤੋਂ ਪਾਰਲੇ ਚੌਧਰੀਆਂ ਦੇ 26 ਪਿੰਡਾਂ ਦੇ ਵਿੱਚ ਇਸ ਪਿੰਡ ਦੀ ਵੱਖਰੀ ਪਹਿਚਾਣ ਹੈ। ਇਹ ਪਿੰਡ ਬਾਂਗਰ ਦੇ ਪਿੰਡਾਂ ਦੇ ਨਾਲ ਵੀ ਜਾਣੇ ਜਾਂਦੇ ਨੇ। ਸਮੇਂ ਦੇ ਬਦਲਣ ਦੇ ਨਾਲ ਘਰਾਂ ਦੀ ਬਣਾਵਟ ਅਤੇ ਅੰਦਰਲੀ ਬਣਤਰ ਨਵੇਂ ਪੰਦਾ ਭੁਲੇਖਾ ਪਾਵੇਂ ਪਾਉਂਦੀ ਹੈ, ਪਰ ਪੁਰਾਤਨ ਪਿੰਡ ਦਾ ਰੰਗ ਵੀ ਇੱਥੇ ਵੇਖਣ ਨੂੰ ਮਿਲਦਾ ਹੈ। ਪਿੰਡ ਦਾ ਆਲਾ ਦੁਆਲਾ ਤੇ ਪਛੜਾਪਨ ਆਜ਼ਾਦੀ ਤੋਂ ਪਹਿਲਾਂ ਦਾ ਭੁਲੇਖਾ ਵੀ ਪਾਉਂਦਾ ਹੈ। ਇਸ ਪਿੰਡ ਦੀ ਉਮਰ 250 ਕੁ ਸਾਲ ਦੱਸੀ ਜਾਂਦੀ ਹੈ, ਜੋ ਆਪਣੇ ਬਲਬੂਤੇ ਅਤੇ ਬਜ਼ੁਰਗਾਂ ਦੀ ਮਿਹਨਤ ਸਦਕਾ ਹਸਦਾ ਵਸਦਾ ਬਣਿਆ। ਉਸ ਵੇਲੇ ਡਾਕੂਆਂ ਦੀ ਭਰਮਾਰ ਕਰਕੇ ਇੱਥੇ ਕੋਈ ਵਸਣ ਦਾ ਹੀਆ ਨਹੀਂ ਕਰਦਾ ਸੀ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਇਸ ਪਿੰਡ ਦੀ ਮੋੜੀ ਛਲਾਰੂ ਨਾਮੀ ਜੱਟ ਨੇ ਗੱਡੀ ਸੀ। ਉਹ ਤਮਤਾਨ ਸਾਹਿਬ ਤੋਂ ਆ ਕੇ ਬਿਆਬਾਨ ਵਿੱਚ ਛੰਨ ਬਣਾ ਕੇ ਰਹਿਣ ਲੱਗਿਆ। ਇੱਥੇ ਕੀਕਰਾਂ, ਨਿੰਮ, ਪਿੱਪਲ ਤੇ ਤੂਤਾਂ ਦੇ ਦਰਖਤ ਵਧੇਰੇ ਨੇ, ਇਸ ਕਰਕੇ ਗਲਹਿਰੀ ਦੀ ਬੇਹੱਦ ਭਰਮਾਰ ਸੀ। ਛਲਾਰੂ ਗਲਹਿਰੀਆਂ ਦਾ ਸੇਵਕ ਬਣ ਗਿਆ। ਬਾਂਗਰ, ਮਾਲਵੇ ਤੇ ਹਰਿਆਣਵੀ ਬੋਲੀ ਕਾਰਨ ਕਾਟੋਆਂ ਨੂੰ ਗਾਲੜ ਵੀ ਕਿਹਾ ਜਾਣ ਲੱਗਿਆ। ਇਸ ਕਰਕੇ ਬਜ਼ੁਰਗਾਂ ਨੇ ਇਸ ਥਾਂ ਦਾ ਨਾਮ ਹੀ ਗੁਲਾੜੀ ਰੱਖ ਲਿਆ। ਇੱਕ ਪਹਿਲੂ ਯਕੀਨੀ ਤੌਰ ਤੇ ਸਹੀ ਹੈ ਕਿ ਪਹਿਲਾਂ ਪਿੰਡ ਅੰਦਰ ਜੱਟਾਂ ਦਾ ਵਸੇਬਾ ਹੋਇਆ। ਹੌਲੀ ਹੌਲੀ ਹੋਰ ਜਾਤਾਂ ਦੇ ਨਾਲ ਸੰਬੰਧਿਤ ਭਾਈਚਾਰੇ ਦੇ ਲੋਕ ਵੀ ਇੱਥੇ ਆਣ ਵਸੇ, ਸੋ ਇਹ ਸਭ ਦਾ ਜੱਦੀ ਪਿੰਡ ਬਣ ਗਿਆ। ਪਿੰਡ ਦੀ ਕੁੱਲ ਵਸੋਂ ਅੰਦਰ ਹੁਣ ਵੀ ਵਧੇਰੇ ਗਿਣਤੀ ਜੱਟ ਭਾਈਚਾਰੇ ਦੀ ਹੀ ਹੈ। ਗਿਣਤੀ ਪੱਖੋਂ ਦੂਜੇ ਥਾਂ ਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੇ ਲੋਕ ਨੇ। ਮੁਸਲਿਮ ਭਾਈਚਾਰੇ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਭਾਈਚਾਰਿਆਂ ਦੇ ਲੋਕਾਂ ਦੀ ਗਿਣਤੀ ਵੀ ਇੱਥੇ ਆਪਣਾ ਪ੍ਰਭਾਵ ਰੱਖਦੀ ਹੈ। ਪਿੰਡ ਦੀ ਆਬਾਦੀ 3,567 ਤੋਂ ਉੱਪਰ ਹੈ। ਪਿੰਡ ਦੇ ਵਾਸੀਆਂ ਦੇ ਵਿੱਚ ਗਿਣਤੀ ਪੱਖੋਂ 1,258 ਪੁਰਸ਼ ਤੇ 1,004 ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹੈ। ਪਿੰਡ ਅੰਦਰ 189 BPL ਕਾਰਡ ਹੋਲਡਰ ਨੇ। ਪਿੰਡ ਨੂੰ ਸ਼ਾਮਲੜ ਦੀ ਜ਼ਮੀਨ ਤੋਂ ਚੌਖੀ ਆਮਦਨ ਹੈ। ਪਿੰਡ ਦਾ ਮੁੱਖ ਧੰਦਾ ਖੇਤੀਬਾੜੀ ਹੈ ਤੇ ਪਿੰਡ ਦੀ ਪੰਚਾਇਤ ਦੀ ਅਗਵਾਈ ਪਿੰਡ ਦੇ ਸਰਪੰਚ ਪਾਲੀ ਰਾਮ ਮੌਜੂਦਾ ਸਮੇਂ ਕਰ ਰਹੇ ਨੇ। ਗੁਲਾੜੀ ਸੰਗਰੂਰ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਆਰਥਿਕ ਤੌਰ ਤੇ ਖੁਸ਼ਹਾਲੀ ਬੇਸ਼ੱਕ ਕਹੀ ਜਾ ਸਕਦੀ ਹੈ, ਪਰ ਸਿੱਖਿਆ ਦੇ ਖੇਤਰ ਦੇ ਵਿੱਚ ਅਜੇ ਤੱਕ ਵੀ ਇਹ ਪਿਛੜਿਆ ਹੋਇਆ ਪਿੰਡ ਹੈ ਔਰ ਨਾ ਹੀ ਉਰੇ ਅਜੇ ਤੱਕ ਸਿਹਤ ਸਹੂਲਤਾਂ ਬਣ ਪਾਈਆਂ ਨੇ ਔਰ ਨਾ ਹੀ ਪਸ਼ੂ ਹਸਪਤਾਲ ਹੈ ਔਰ ਨਾ ਹੀ ਟਰਾਂਸਪੋਰਟ ਦੀ ਸੁਵਿਧਾ ਇਹ ਪਿੰਡ ਦੇ ਲੋਕਾਂ ਨੂੰ ਅਜੇ ਤੱਕ ਮਿਲ ਪਾਈ ਹੈ। ਹੁਣ ਸਾਂਸਦ ਗ੍ਰਾਮ ਯੋਜਨਾ ਦੇ ਅਧੀਨ ਇਸ ਪਿੰਡ ਨੂੰ ਅਡੋਪਟ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਉਹ ਹੱਲ ਹੋਣਗੀਆਂ। ਹੁਣ ਪਿੰਡ ਦਾ ਆਰਥਿਕ, ਸਿੱਖਿਅਕ ਤੇ ਸਿਹਤ ਪੈਮਾਨਾ ਜਾਂਚਣ ਦੀ ਕੋਸ਼ਿਸ਼ ਕਰਦੇ ਹਾਂ। ਸਿਹਤ ਸੇਵਾਵਾਂ ਪੱਖੋਂ ਪਿੰਡ ਦਾ ਹਾਲ ਚੰਗਾ ਨਹੀਂ। ਪਿੰਡ ਵਿੱਚ ਸਿਵਲ ਡਿਸਪੈਂਸਰੀ ਹੋਣ ਦੇ ਬਾਵਜੂਦ ਮਾਮੂਲੀ ਜਿਹੇ ਬੁਖਾਰ ਜਾਂ ਸਿਰ ਦੁਖਦੇ ਦੀ ਦਵਾਈ ਲੈਣ ਲਈ 23 ਕਿਲੋਮੀਟਰ ਦੂਰ ਟੋਹਾਣਾ ਜਾਣਾ ਪੈਂਦਾ ਹੈ। ਪਿੰਡ ਅੰਦਰ ਕੈਂਸਰ ਅਤੇ ਏਡਸ ਦੀਆਂ ਭਿਆਨਕ ਬਿਮਾਰੀਆਂ ਦੇ ਵੀ ਮਰੀਜ਼ ਨੇ। ਇਹਨਾਂ ਲਾਇਲਾਜ ਬਿਮਾਰੀਆਂ ਦੇ ਮਰੀਜ਼ PGI ਰੋਹਤਕ ਤੋਂ ਦਵਾਈ ਲੈ ਕੇ ਆਉਂਦੇ ਨੇ। ਗੁਲਾੜੀ ਪਿੰਡ ਦੇ ਲੋਕਾਂ ਦਾ ਕਾਰੋਬਾਰੀ ਤੇ ਕੰਮਕਾਜੀ ਰੁਝਾਨ ਵਧੇਰੇ ਹਰਿਆਣਾ ਅੰਦਰ ਪੈਂਦੇ ਕਸਬਿਆਂ ਅਤੇ ਸ਼ਹਿਰਾਂ ਵੱਲ ਹੀ ਹੈ। ਗੱਲ ਕਰਦੇ ਹਾਂ ਸਿੱਖਿਆ ਦੀ। ਪਿੰਡ ਅੰਦਰ ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਨੇ। ਪਿੰਡ ਦੀਆਂ ਕੁੜੀਆਂ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਇਹ ਸਕੂਲ ਕਾਫੀ ਨਹੀਂ, ਪਰ ਪਿੰਡ ਦੇ ਵਿੱਚ ਲੋਕਾਂ ਦੇ ਪੜ੍ਹਨ ਦਾ ਜਜ਼ਬਾ ਬਹੁਤ ਦੇਖਣ ਮਿਲਦਾ ਹੈ। ਪਿੰਡ ਦੇ ਅਨਪੜ੍ਹ ਤੇ ਪੁਰਾਤਨ ਖਿਆਲਾਂ ਦੇ ਲੋਕ ਕੁੜੀਆਂ ਨੂੰ ਬਾਹਰਲੇ ਪਿੰਡਾਂ ਦੇ ਸਕੂਲਾਂ ਅੰਦਰ ਜਾਣ ਤੋਂ ਵਰਜਦੇ ਹੀ ਨਹੀਂ, ਸਗੋਂ ਪੜ੍ਹਾਈ ਲਈ ਨੇੜੇ ਦੇ ਸਕੂਲਾਂ ਦੇ ਵਿੱਚ ਪੜ੍ਹਨ ਤੋਂ ਰੋਕਦੇ ਨੇ। ਪੜ੍ਹਾਈ ਦੀਆਂ ਸਹੂਲਤਾਂ ਨਾ ਹੋਣ ਕਰਕੇ ਪਿੰਡ ਦਾ ਕੋਈ ਵੀ ਬਾਸ਼ਿੰਦਾ ਕਿਸੇ ਅਹਿਮ ਅਹੁਦੇ ਤੇ ਨਹੀਂ ਹੈ। ਫੌਜ ਤੇ ਪੁਲਿਸ ਵਿਭਾਗ ਅੰਦਰ ਹੀ ਕੁਝ ਨੌਜਵਾਨ ਨੌਕਰੀ ਕਰਦੇ ਨੇ। ਪਿੰਡ ਵਾਸੀਆਂ ਨੂੰ ਹੁਣ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿੰਡ ਨੂੰ ਗੋਦ ਲੈਣ ਕਰਕੇ ਆਸ ਇੱਕ ਕਿਰਨ ਦਿਖਾਈ ਦਿੱਤੀ ਹੈ। ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਸਰਕਾਰ ਇੱਥੇ ਉੱਚ ਪੱਧਰ ਦੀ ਵਿਦਿਅਕ ਸੰਸਥਾਵਾਂ ਖੋਲੇਗੀ ਤਾਂ ਜੋ ਉਚੇਰੀ ਪੜ੍ਹਾਈ ਦੇ ਲਈ ਵਿਦਿਆਰਥੀ ਨੂੰ ਟੋਹਾਣਾ ਜਾਂ ਨਰਵਾਣਾ ਦੀਆਂ ਵਿਦਿਅਕ ਸੰਸਥਾਵਾਂ ਵੱਲ ਨਾ ਜਾਣਾ ਪਏ। ਨੌਜਵਾਨ ਮੁੰਡੇ ਕੁੜੀਆਂ ਸੁਖਦੇਵ ਸਿੰਘ ਢੀਂਡਸਾ ਦੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਦੇ ਫੈਸਲੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਪੀੜ੍ਹੀ ਦਰ ਪੀੜ੍ਹੀ ਇਸ ਪਿੰਡ ਦੇ ਵਾਸੀ ਖੇਤੀ ਦਾ ਧੰਦਾ ਕਰਦੇ ਆ ਰਹੇ ਨੇ।
ਮੁੱਖ ਧੰਦਾ ਖੇਤੀ ਹੋਣ ਕਰਕੇ ਪਿੰਡ ਵਾਸੀਆਂ ਨੇ ਪਸ਼ੂ ਵੀ ਕਾਫੀ ਗਿਣਤੀ ਵਿੱਚ ਪਾਲੇ ਹੋਏ ਨੇ। ਦੁੱਧ ਪੁੱਤ ਦੀ ਕਹਾਵਤ ਅਨੁਸਾਰ ਲੋਕ ਆਪਣੇ ਘਿਓ ਮੱਖਣ ਤੇ ਦਹੀਂ ਲੱਸੀ ਦੇ ਚਾਥੜੂ ਨੇ, ਪਰ ਪਿੰਡ ਅੰਦਰ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਨਾ ਹੋਣ ਕਰਕੇ ਲੋਕ ਕਈ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ। ਮਾਮੂਲੀ ਜਿਹੀ ਬਿਮਾਰੀ ਕਾਰਨ ਹੀ ਪਸ਼ੂਆਂ ਨੂੰ ਆਪਣੇ ਸਾਧਨ ਰਾਹੀਂ ਲੱਦ ਕੇ 20 ਕਿਲੋਮੀਟਰ ਦੂਰ ਪੈਂਦੇ ਪਸ਼ੂ ਹਸਪਤਾਲ ਦੇ ਵਿੱਚ ਲਿਜਾਣਾ ਪੈਂਦਾ ਹੈ। ਪੰਜਾਬ ਦੇ ਹੋਰਨਾਂ ਪਿੰਡਾਂ ਵਾਂਗ ਪਿੰਡ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਇੱਥੇ ਵੀ ਦਿਨੋ ਦਿਨ ਨੀਵਾਂ ਹੁੰਦਾ ਗਿਆ। ਨਲਕੇ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਨੇ। 300 ਫੁੱਟ ਤੋਂ ਡੂੰਘੇ ਬੋਰ ਕਰਕੇ ਪਾਣੀ ਦੀ ਮੋਟਰ ਲਗਾਉਣਾ ਆਮ ਪਰਿਵਾਰਾਂ ਦੇ ਵਾਸਤੇ ਗੱਲ ਨਹੀਂ। ਸਿਤਮ ਦੀ ਗੱਲ ਤਾਂ ਇਹ ਹੈ ਕਿ ਪਾਣੀ ਵੀ ਸਿਹਤ ਲਈ ਪੀਣ ਯੋਗ ਨਹੀਂ ਸਮਝਿਆ ਜਾਂਦਾ। ਪਿੰਡ ਦਾ ਸੱਥ ਅੰਦਰ ਸਰਕਾਰੀ ਪੱਧਰ ਤੇ ਡੂੰਘਾ ਬੋਰ ਕਰਕੇ ਸਾਫ ਪਾਣੀ ਦੇਣ ਦਾ ਯਤਨ ਕੀਤਾ ਗਿਆ। ਆਰੋ ਪਲਾਂਟ ਵੀ ਲਗਾਇਆ ਗਿਆ। ਇਹ ਪਾਣੀ ਵੀ ਪਿੰਡ ਦੀ ਪਿਆਸ ਨਹੀਂ ਬੁਝਾ ਸਕਿਆ। ਉਂਝ ਸਿੱਧੇ ਤੌਰ ਤੇ ਆਰੋ ਰਾਹੀਂ 60 ਰੁਪਏ ਦੇ ਕੇ ਪਾਣੀ ਲੈਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਲੋਕਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਸਾਫ ਪਾਣੀ ਯਕੀਨੀ ਤੌਰ ਤੇ ਮੁਹੱਈਆ ਕਰਵਾਇਆ ਜਾਏ। ਛੋਟਾ ਜਿਹਾ ਇਹ ਚੌਧਰੀਆਂ ਦਾ ਪਿੰਡ 3 ਟੋਬਿਆਂ ਦੇ ਨਾਲ ਘਿਰਿਆ ਹੋਇਆ ਹੈ। ਵਿੰਗੇ ਟੇਡੇ ਰਾਹਾਂ ਤੇ ਟੁੱਟੀਆਂ ਲਿੰਕ ਸੜਕਾਂ ਅਜੀਬ ਜਿਹੀਆਂ ਦਿੱਖ ਪੇਸ਼ ਕਰਦੀਆਂ ਨੇ। ਪਿੰਡ ਅੰਦਰ ਆਵਾਜਾਈ ਦੀ ਮੰਗ ਚਿਰਕੋਣੀ ਹੈ। ਲੋਕਾਂ ਨੂੰ ਆਪਣੇ ਸਾਧਨਾਂ ਰਾਹੀਂ ਨੇੜਲੇ ਕਸਬਿਆਂ ਤੋਂ ਘਰੇਲੂ ਸਮਾਨ ਲੈਣ ਜਾਂ ਫਿਰ ਕੰਮਕਾਰ ਦੇ ਲਈ ਜਾਣਾ ਪੈਂਦਾ ਹੈ। ਲੋਕਾਂ ਨੂੰ ਬੱਸ ਦੀ ਸਵਾਰੀ ਚਾਹਤ 4 ਕਿਲੋਮੀਟਰ ਦੂਰ ਹਰਿਆਣਾ ਦੇ ਪਿੰਡ ਢਾਬੀ ਟੇਕ ਸਿੰਘ ਜਾ ਕੇ ਪੂਰੀ ਕਰਨੀ ਪੈਂਦੀ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ 1-2 ਬੱਸਾਂ ਵਾਇਆ ਪਿੰਡ ਗੁਲਾੜੀ ਚਲਾਈਆਂ ਜਾਣ। ਪਿੰਡ ਦੇ ਵਧੇਰੇ ਨੌਜਵਾਨ ਸ਼ਾਮ ਨੂੰ 7 ਵਿੱਚ ਕਬੱਡੀ ਖੇਡਦੇ ਨੇ। ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਦਾ ਇਹ ਵਧੀਆ ਉਪਰਾਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ। ਹੁਣ ਦਿਖਾਣਿਆ ਤੁਹਾਨੂੰ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਇੱਕ ਝਲਕ ਔਰ ਲੋਕਾਂ ਦੇ ਜਜ਼ਬਾਤ ਕੀ ਕਹਿਣਾ ਚਾਹੁੰਦੇ ਨੇ ਉਹ ਇਹਨਾਂ ਵਿਕਾਸ ਕਾਰਜਾਂ ਬਾਰੇ। ਸਹਾਇਤਾ ਰਹੀਆਂ ਪਿੰਡ ਦੀਆਂ ਮੁਸ਼ਕਿਲਾਂ, ਇਹਨਾਂ ਨੂੰ ਦੂਰ ਕਰਨ ਲਈ ਤੇ ਪਿੰਡ ਨੂੰ ਪੰਜਾਬ ਦੇ ਹੋਰਨਾਂ ਵਿਕਸਿਤ ਪਿੰਡਾਂ ਦੇ ਵਿੱਚ ਸ਼ੁਮਾਰ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਨੂੰ ਗੋਦ ਲਿਆ। ਹੁਣ ਦੇਖਦੇ ਹਾਂ ਕਿ ਗੋਦ ਲੈਣ ਤੋਂ ਬਾਅਦ ਇਸ ਪਿੰਡ ਦੀ ਕਿਸ ਤਰ੍ਹਾਂ ਦੇ ਨਾਲ ਨੁਹਾਰ ਬਦਲ ਰਹੀ ਹੈ। ਇਹ ਤਾਂ ਬਹੁਤ ਵਧੀਆ ਸਕੂਲ ਹੈ ਜੀ, ਪੂਰੇ ਮਾਸਟਰ ਹੋ ਰਹੇ ਜੀ, ਪਹਿਲੇ ਤੋਂ ਮਾਸਟਰ ਹੋਣੀ ਤਾਂ ਮਾਰੇ ਇੱਕ ਮਾਸਟਰ ਹੈ ਕਰਦਾ ਜੀ, ਇਹ ਤੋਂ 8-10 ਮਾਸਟਰ ਹੈ ਜੀ, ਮਿਡਲ ਕਾ ਸਕੂਲ ਚਾਲੂ ਹੋ ਰਿਹਾ, ਪਹਿਲੀ ਮਿਡਲ ਕਾ ਤਾਂ ਫਿਰ ਉਸਮੈਂ ਬੀਚ ਮੈਂ ਕੋਈ ਢਹਿ ਦੀ ਇਹਦਾ। ਹਾਂ ਬਹੁਤ ਵਧੀਆ ਕੰਮ ਬਣ ਰਿਹਾ ਜੀ, ਅਕਾਲੀ ਦਲ ਕੀ ਸਰਕਾਰ ਨੇ ਬਹੁਤ ਵਧੀਆ ਕੰਮ ਕਰਕੇ ਜੀ। ਜਿਹੜੀ ਜਿਸ ਦਿਨ ਤੋਂ ਅਕਾਲੀ ਸਰਕਾਰ ਆਈ ਇਹ ਬਹੁਤ ਕੁਛ ਸਾਨੂੰ ਸਰਕਾਰ ਨੇ ਦਿਆ ਔਰ ਦੇਣਗੇ, ਜਿਤਨਾ ਵੀ ਕਹੇ ਤੇ ਉਤਨਾ, ਮਾਸਟਰਾਂ ਦਾ ਸਕੂਲਾਂ ਮੈਂ ਮੈਡੀਕਲ ਹਰ ਚੀਜ਼ ਕੀ ਪੂਰੀ ਪੂਰੀ ਜ਼ੋਰਦਾਰ ਸੁਵਿਧਾ ਚੱਲ ਰਹੀ ਹੈ ਔਰ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਗਾ। ਵਿਕਾਸ ਹੋਰ ਬਹੁਤ ਹੈ ਜੀ, ਪੇਡੇ ਲਵਾਏ ਹੈ ਸਾਰੇ ਪਿੰਡ ਕੇ ਚੁਗਰਦਨ, ਸਾਫ਼ ਸਫਾਈ ਦਾ ਕੰਮ ਚੱਲ ਰਿਹਾ, ਬਾਕੀ ਆਪਣੀ ਸੁਸਾਇਟੀ ਬਾਰੇ ਫਾਈਨਲ ਹੋ ਚੁੱਕਿਆ, ਬਾਕੀ ਜੀ ਆਪਣਾ ਹੋਰ ਕਰਿਆ ਇਹਦੀ ਨਵਾਂ ਪ੍ਰੋਗਰਾਮ। ਪਿੰਡ ਦੀ ਸਮਾਜ ਨੂੰ ਯੋਗਦਾਨ ਦੀ ਗੱਲ ਕਰੀਏ ਤਾਂ ਪਿੰਡ ਦੇ 50 ਤੋਂ ਵਧੇਰੇ ਲੋਕ ਦੇਸ਼ ਦੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਨੇ, ਇੱਥੋਂ ਤੱਕ ਕਿ ਪਿੰਡ ਦੀ ਨੂੰ ਮੇਜਰ ਜਿਹੇ ਅਹਿਮ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਪਿੰਡ ਦੇ 4 ਦਰਜਨ ਤੋਂ ਵੱਧ ਅਧਿਆਪਕ ਦੂਜੇ ਪਿੰਡਾਂ ਦੇ ਵਿੱਚ ਅਧਿਆਪਕਾਂ ਵਜੋਂ ਸੇਵਾਵਾਂ ਨਿਭਾ ਰਹੇ ਨੇ, ਕਈ ਦਰਜਨ ਲੋਕ ਮੌਕਿਆਂ ਦੀ ਉਡੀਕ ਵਿੱਚ ਨੇ। ਪਿੰਡ ਦੇ ਲੋਕਾਂ ਨੂੰ ਜ਼ਰੂਰਤ ਮੁਤਾਬਿਕ ਸਕੀਮਾਂ ਦੇ ਵਿੱਚ ਲੋਨ ਦਿੱਤੇ ਜਾ ਰਹੇ ਨੇ, ਸਿਲਾਈ ਸੈਂਟਰ ਮਨਜ਼ੂਰ ਹੋ ਚੁੱਕਿਆ ਤੇ ਕਈ ਸਰਕਾਰੀ ਸਕੀਮਾਂ ਚੰਗੇ ਤਰੀਕੇ ਦੇ ਨਾਲ ਪਿੰਡ ਦੀ ਤਰੱਕੀ ਦੇ ਲਈ ਕੰਮ ਕਰ ਰਹੀਆਂ ਨੇ। ਇਹਨਾਂ ਵਿਕਾਸ ਕਰਾਇਆ ਹੱਸ ਤੋਂ ਵੀ ਜ਼ਿਆਦਾ, ਪਹਿਲਾਂ ਇੱਥੇ ਨਾ ਤਾਂ ਸਕੂਲ ਦੀ ਸਫਾਈ ਹੁੰਦੀ ਸੀ ਨਾ ਇੱਥੇ ਸਫਾਈ ਹੁੰਦੀ ਸੀ ਪਿੰਡ ਦੀ, ਜਦੋਂ ਢਿੰਡਸਾ ਸਾਹਿਬ ਨੂੰ ਪਿੰਡ ਗੋਦ ਲਿੱਤਾ ਹੈ ਉਸ ਦਿਨ ਤੋਂ ਬਾਅਦ ਅੱਜ ਤੱਕ ਹਰੇਕ ਅਫਸਰ ਇੱਥੇ ਆ ਕੇ ਐਂ ਦੇਖਦਾ ਵੀ ਹਾਂ ਹੈਗਾ ਸਾਡਾ ਇੱਥੇ ਗੁਲਾੜੀ ਪਿੰਡ। ਪਹਿਲਾਂ ਕਦੇ ਵੀ ਐਂ ਨਹੀਂ ਦੇਖਿਆ ਹੁੰਦਾ, ਕਦੇ ਵੀ ਪਹਿਲਾਂ ਵੀ ਕੋਈ ਆਇਆ ਜਾਂ ਗਿਆ, ਕਦੇ ਵੀ ਨਹੀਂ ਆਇਆ ਅੱਜ ਤੱਕ। ਪਹਿਲਾਂ ਜਦੋਂ ਵੀ ਕੋਈ ਵੀ ਸਰਕਾਰ ਆਈ, ਕਾਂਗਰਸ ਆਈ ਜਾਂ ਜੋ ਵੀ ਆਈ, ਉਸਨੂੰ ਅੱਜ ਤੱਕ ਸਾਡਾ ਆਖਰੀ 'ਚ ਪੈਂਦਾ ਪਿੰਡ ਹਰਿਆਣੇ 'ਚ ਬਾਰਡਰ 'ਤੇ ਹੈ, ਪਿਛੜਾ ਇਲਾਕਾ ਕਹਿੰਦੇ ਹੁੰਦੇ ਸੀ। ਜਦੋਂ ਢਿੰਡਸਾ ਸਾਹਿਬ ਨੂੰ ਗੋਦ ਲਿੱਤਾ ਹੈ ਉਸ ਦਿਨ ਤੋਂ ਬਾਅਦ ਇੱਥੇ ਹਰੇਕ ਸਹੂਲਤਾਂ, ਹਰੇਕ ਚੀਜ਼ਾਂ, ਹਰੇਕ ਕੰਮ ਸਮੇਂ ਨਾਲ ਸਮੇਂ ਅਨੁਸਾਰ ਸਾਰਾ ਢਿੰਡਸਾ ਸਾਹਿਬ ਗਰੰਟਾਂ ਦੇ ਵੀ ਹਰੇਕ ਗੱਲ 'ਤੇ ਪੁੱਛਦਾ ਪਿੰਡ 'ਚ ਆ ਕੇ ਵੀ ਹਾਂ ਦੱਸੋ ਤੁਹਾਨੂੰ ਕੋਈ ਹੋਰ ਕਮੀ ਹੋਰ ਦਿਆਂਗੇ ਅਸੀਂ ਤੁਹਾਨੂੰ। ਬਹੁਤ ਵਧੀਆ ਵਿਕਾਸ ਹੋ ਰਿਹਾ ਜੀ, 1 ਨੰਬਰ ਦਾ ਕੰਮ ਹੈ, ਪੈਸੇ ਦਫਾ ਦਫ ਦੇਣ ਵਾਲਾ ਢਿੰਡਸਾ, ਮਿਸਤਰੀ 3-3 ਜਗ੍ਹਾ ਲੱਗ ਰਹੇ ਹੋਏ, ਸਾਰੇ ਕੰਮ ਜਿਹੜੇ ਲਿਖੇ ਸੀ ਪੰਚਾਇਤ ਨੇ ਦੱਸੇ ਸਾਰੇ ਬਣਨ ਲੱਗ ਰਹੇ ਹੈ ਜੀ। ਰਾਜਨੀਤਿਕ ਪੱਖ ਤੋਂ ਦੇਖਿਆ ਜਾਏ ਤਾਂ ਜ਼ਿਆਦਾਤਰ ਇਸ ਪਿੰਡ ਤੇ ਕਾਂਗਰਸ ਦਾ ਕਬਜ਼ਾ ਰਿਹਾ ਤੇ ਮੌਜੂਦਾ ਸਮੇਂ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਜਦਕਿ ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਸਾਂਸਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਅੱਤ ਪਿਛੜੇ ਪਿੰਡ ਨੂੰ ਗੋਦ ਐਸੇ ਲਈ ਲਿਆ ਗਿਆ ਤਾਂ ਜੋ ਇਸ ਨੂੰ ਵੀ ਵਿਕਾਸ ਦੀ ਨੀਹਾਂ ਤੇ ਤੋਰਿਆ ਜਾਏ ਤੇ ਹੁਣ ਪਿੰਡ ਦੀ ਨੁਹਾਰ ਵੀ ਬਦਲੀ ਜਾ ਰਹੀ ਹੈ। ਪਿੰਡ ਦੀ ਹਰ ਜ਼ਰੂਰਤ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾ ਰਹੀ ਹੈ। ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਵਿੱਚ ਜੋ ਗੁਲਾੜੀ ਪਿੰਡ ਦੇ ਵਿੱਚ ਹੈ ਉਹ ਕਿ ਅਲੱਗ ਅਲੱਗ ਮਹਿਕਮਿਆਂ ਦੇ ਜੋ ਅਵੇਲੇਬਲ ਫੰਡਸ ਹੁੰਦੇ ਨੇ, ਫੋਰ ਐਗਜ਼ਾਮਪਲ ਐਮ ਪੀ ਲੈਡ ਫੰਡ ਜਾਂ ਕਿਸੇ ਡਿਪਾਰਟਮੈਂਟ ਦੇ ਨੇ, ਰੂਰਲ ਡਿਵੈਲਪਮੈਂਟ, ਐਨੀਮਲ ਹਸਬੈਂਡਰੀ, ਸੋ ਉਹਨਾਂ 'ਚ ਇੱਕ ਤਰ੍ਹਾਂ ਦੀ ਸਨਰਜੀ ਲਿਆਈ ਜਾਵੇ ਹਰ ਸਕੀਮਾਂ ਦਾ ਆਪਸ ਵਿੱਚ, ਉਹਨਾਂ ਨੂੰ ਤਾਲਮੇਲ ਰੱਖ ਕੇ ਤਾਂ ਜੋ ਪਿੰਡ ਦੀ ਓਵਰਆਲ ਡਿਵੈਲਪਮੈਂਟ ਹੋ ਸਕੇ। ਸੋ ਹੁਣ ਜਿਹੜੀ ਓਵਰਆਲ ਡਿਵੈਲਪਮੈਂਟ ਉਸ ਦੇ ਵਿੱਚ ਪਹਿਲਾਂ ਤਾਂ ਹਾਰਡ ਐਸੈਟਸ ਆ ਜਾਂਦੇ ਨੇ ਕਿ ਪਿੰਡ ਦੇ ਵਿੱਚ ਆਪਣੀ ਜੇਕਰ ਕੋਈ ਧਰਮਸ਼ਾਲਾ ਦੀ ਲੋੜ ਆ ਉਹ ਹੋਵੇ, ਪੀਣ ਵਾਲੇ ਪਾਣੀ ਦੀ ਹੈ ਉਸ ਦੀ ਟੈਂਕੀ ਦਾ ਉਹ ਇੰਸਟਾਲ ਹੋਵੇ, ਖੇਡ ਆ ਉਹਦੇ ਲਈ ਸਟੇਡੀਅਮ ਬਣੇ, ਧਰਮਸ਼ਾਲਾ। ਸੋ ਅਜਿਹੇ ਅਸੀਂ ਸਾਰੇ ਪ੍ਰੋਜੈਕਟਸ ਹਾਰਡ ਐਸੈਟਸ ਦੇ ਪੁਆਇੰਟ ਆਫ ਵਿਊ ਤੋਂ ਆਈਡੈਂਟੀਫਾਈ ਕੀਤੇ ਨੇ, ਜਿਨ੍ਹਾਂ ਦੀ ਤਕਰੀਬਨ 10-11 ਕਰੋੜ ਰੁਪਏ ਦੀ ਕੋਸਟ ਬਣਦੀ ਹੈ। ਉਹ ਅਸੀਂ ਸੰਬੰਧਿਤ ਮਹਿਕਮਿਆਂ ਨੂੰ ਜੋ ਉਹਨਾਂ ਦੀ ਆਨਗੋਇੰਗ ਸਕੀਮਸ ਆ ਉਹਨਾਂ ਦੇ ਵਿੱਚੋਂ ਫੰਡਸ ਦੇ ਲਈ ਲਿਖਿਆ ਹੈ, ਕੁਝ ਫੰਡ ਸਾਨੂੰ ਆ ਵੀ ਗਏ ਨੇ। ਜ਼ਿਲ੍ਹੇ ਦੇ ਸਾਰੇ ਅਫਸਰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਸਮੇਂ-ਸਮੇਂ ਤੇ ਪਿੰਡ ਦਾ ਦੌਰਾ ਕਰ ਰਹੇ ਨੇ। ਗੰਦੇ ਪਾਣੀ ਦੇ ਨਿਕਾਸ ਤੇ ਕੋਈ 10 ਲੱਖ ਦਾ ਖਰਚ ਹੋ ਕੇ ਉਹ ਕੰਮ ਹੋਇਆ। ਬੂਟੇ ਸੰਬੰਧੀ ਪਲਾਂਟੇਸ਼ਨ ਆਪਣੀ ਹੋਈ ਹੈ ਇਸ ਪਿੰਡ ਦੇ ਵਿੱਚ, 200 ਬੂਟੇ ਲਗਾਏ ਗਏ ਨੇ। ਬਾਲਮੀਕੀ ਧਰਮਸ਼ਾਲਾ ਜਿਸ ਦਾ ਕੰਮ ਸ਼ੁਰੂ ਹੈ, ਸ਼ਮਸ਼ਾਨ ਘਾਟ ਦੀ ਉਸਾਰੀ ਸ਼ੁਰੂ ਹੈ। ਇਹ ਤਾਂ ਹੋ ਗਏ ਹਾਰਡ ਐਸੈਟਸ। ਇਸ ਤੋਂ ਇਲਾਵਾ ਸੌਫਟ ਐਸੈਟਸ ਮੀਨਸ ਵੀ ਜਿਹਦੇ ਨਾਲ ਲੋਕਾਂ ਦੀ ਆਪਣੀ ਸਮਰੱਥਾ ਬਣੇ ਵਧੇ, ਜਿਹਦੇ ਨਾਲ ਕਿ ਉਹ ਆਪਦੇ ਕਮਾਈ ਦੇ ਸਾਧਨ ਵਧਾ ਸਕਣ, ਆਪਣੀ ਕਮਾਈ ਦੇ ਵਿੱਚ ਵਾਧਾ ਲਿਆ ਸਕਣ। ਉਸ ਦੇ ਵਿੱਚ ਇੱਥੇ ਸਪੈਸ਼ਲ ਕੈਂਪ ਲੱਗਣਗੇ, ਜਿਵੇਂ ਕਿ ਕਿਸੇ ਨੂੰ ਐਨੀਮਲ ਹਸਬੈਂਡਰੀ ਦੇ ਵਿੱਚ ਪੋਲਟਰੀ ਜਾਂ ਡੇਅਰੀ ਫਾਰਮਿੰਗ ਹੈ, ਫਿਸ਼ਰੀ ਹੈ, ਉਸ ਦੀ ਟ੍ਰੇਨਿੰਗ ਦਿੱਤੀ ਜਾਏਗੀ ਅਤੇ ਉਹਨਾਂ ਨੂੰ ਲੋਨ ਦਵਾ ਕੇ ਤਾਂ ਜੋ ਆਪਦਾ ਕੰਮ ਅਤੇ ਮਾਰਕੀਟਿੰਗ 'ਚ ਵੀ ਮਦਦ ਕੀਤੀ ਜਾਏਗੀ ਤਾਂ ਜੋ ਸੈਲਫ ਸਸਟੇਨੇਬਲ ਉਹ ਆਪਦਾ ਕੋਈ ਵੀ ਬਿਜ਼ਨਸ ਜਾਂ ਕੰਮ ਚਲਾ ਸਕਣ। ਇਸ ਤੋਂ ਇਲਾਵਾ ਇੱਥੇ ਇੱਕ ਸਿਲਾਈ ਸੈਂਟਰ ਵੀ ਖੋਲ੍ਹਿਆ ਜਾਏਗਾ ਜੋ ਕਿ ਅਪਰੂਵ ਹੋ ਚੁੱਕਿਆ ਹੈ, ਜਿਸ ਦੇ ਤਹਿਤ ਕਿ ਸਿਲਾਈ ਦੀ ਸਿਖਲਾਈ ਦਿੱਤੀ ਜਾਏਗੀ। ਹੋਰ ਜੇਕਰ ਆਪਾਂ ਦੇਖੀਏ ਤਾਂ ਜਿਵੇਂ ਕਿ DRI ਸਕੀਮ ਹੈ, ਉਸ ਦੇ ਵਿੱਚ ਅਗਰ ਕਿਸੇ ਨੇ ਛੋਟਾ ਕੰਮ ਸ਼ੁਰੂ ਕਰਨਾ ਹੋਵੇ ਉਹ ਤਕਰੀਬਨ 15,000 ਰੁਪਏ ਤੱਕ ਦੀ ਗ੍ਰਾਂਟ, ਉਹ ਇੱਕ ਵਾਰ ਪਿੰਡ 'ਚ ਕੈਂਪ ਲਗਵਾਇਆ, ਉਸ 'ਚ ਜਿੰਨੇ ਲੋੜਵੰਦ ਲੋਕ ਨੇ ਅਗਰ ਕਿਸੇ ਨੇ ਆਪਦਾ ਛੋਟਾ ਕੰਮ ਧੰਦਾ ਸ਼ੁਰੂ ਕਰਨਾ, ਆਪਾਂ ਉਹਨਾਂ ਨੂੰ ਉਸ ਦੇ ਵਿੱਚੋਂ ਵੀ ਮਦਦ ਦਿੱਤੀ ਜਾ ਸਕਦੀ ਹੈ। RCT ਹੈ, ਸਿਮੀਲਰਲੀ ਇਹ ਵੀ ਟ੍ਰੇਨਿੰਗ ਦਿੰਦੇ ਨੇ ਅਤੇ ਫਿਰ ਲੋਨ ਦਵਾਉਂਦੇ ਨੇ ਤਾਂ ਜੋ ਆਪਦਾ ਉਹ ਕਿੱਤਾ ਜੋ ਵੀ ਹੈ ਕਿੱਤਾ ਸ਼ੁਰੂ ਕਰ ਸਕਦੇ। ਗੁਲਾੜੀ ਦੇ ਲੋਕਾਂ ਨੂੰ ਵੀ ਆਪਣੇ ਪਿੰਡ ਦੀ ਕਾਇਆ ਕਲਪ ਹੋਣ ਦੀ ਆਸ ਪੱਜ ਚੁੱਕੀ ਹੈ। ਜੋ ਕੰਮ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਸੰਭਵ ਨਹੀਂ ਹੋ ਸਕਿਆ ਹੁਣ ਉਹ ਪ੍ਰਾਥਮਿਕਤਾ ਦੇ ਨਾਲ ਹੋ ਰਿਹਾ ਹੈ ਤੇ ਲੋਕ ਖੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਪਿੰਡ ਵਿੱਚ ਸਮੱਸਿਆਵਾਂ ਬਹੁਤ ਨੇ ਪਰ ਹੁਣ ਕੰਮ ਦੀ ਤੇਜ਼ੀ ਵੇਖ ਕੇ ਲੱਗਦਾ ਹੈ ਕਿ ਉਹਨਾਂ ਦਾ ਪਿੰਡ ਵੀ ਵਿਕਸਿਤ ਪਿੰਡਾਂ ਦੇ ਵਿੱਚ ਸ਼ੁਮਾਰ ਹੋਏਗਾ। ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਿੰਡ ਦੇ ਲੋਕਾਂ ਨੂੰ ਕੀ ਸਮੱਸਿਆਵਾਂ ਨੇ ਔਰ ਯੋਜਨਾ ਤੋਂ ਬਾਅਦ ਲੋਕਾਂ ਨੂੰ ਕਿੰਨਾ ਕੁ ਇਸ ਪਿੰਡ ਨੂੰ ਫਾਇਦਾ ਹੋਇਆ, ਕਿੰਨੇ ਕੁ ਵਿਕਾਸ ਕਾਰਜ ਸ਼ੁਰੂ ਹੋਏ ਨੇ, ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਸਰਪੰਚ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈਗਾ ਪਹਿਲਾਂ ਦੀ ਸਥਿਤੀ ਔਰ ਅੱਜ ਦੀ ਸਥਿਤੀ ਦਾ ਜੇਕਰ ਆਕਲਨ ਕੀਤਾ ਜਾਵੇ ਤਾਂ ਕੀ ਫਰਕ ਤੁਹਾਨੂੰ ਨਜ਼ਰ ਆਉਂਦਾ ਹੈਗਾ, ਕੀ ਕੰਮ ਨੇ ਜਿਹੜੇ ਸ਼ੁਰੂ ਹੋਏ? ਕੰਮ ਜੀ ਪਹਿਲਾਂ ਕੋਈ ਸੁਵਿਧਾ ਨਹੀਂ ਸੀ, ਕਹਿੰਗੇ ਜੀ ਕਹਿੰਗੇ ਸੁਵਿਧਾ ਨਹੀਂ ਸੀ। ਅੱਛਾ ਜੀ, ਸਾਰਾ ਮਹਿਕਮਾ ਸੁਵਿਧਾ ਲੈ ਜਾਂਦਾ ਮਾਨਾ ਦੇਣ ਜੀ। ਅੱਛਾ, ਕੰਮ ਚੱਲੂ ਹੋ ਰਿਹਾ ਜਿਸੇ ਡਿੰਡਸਾ ਸਾਹਿਬ ਨਾਲ ਟੋਪ ਕਰੇ ਤੇ, ਅੱਛਾ ਸਾਰੇ ਕੰਮ ਚੱਲੂ ਹੋ ਗਏ ਜੀ, ਬਾਕੀ ਖਾਤਿਆਂ ਪੈਸੇ ਘੱਲ ਗਏ ਜੀ। ਅੱਛਾ, ਕੰਮ ਪਹਿਲਾਂ ਤਾਂ ਜੀ ਪੇਡੇ ਪਾਡਿਆਂ ਬਦਲ ਬਹੁਤ ਹਰਿਆਲੀ ਦਿਖਣ ਲੱਗ ਗਈ ਜੀ। ਪਹਿਲਾਂ ਕੰਮ ਨਹੀਂ ਦਿਖਿਆ ਤਾਂ ਵੀ ਆਏ ਕੋਈ ਕਿਉਂ ਵਿਛੜਿਆ ਇਲਾਕਾ ਕਾ ਕੰਮ ਤਾਂ ਜੀ ਉਹ ਜਮਾ ਸਾਫ਼। ਅੱਛਾ ਜੀ, ਕੰਮ ਬਹੁਤ ਬਣ ਰਿਹਾ ਜੀ, ਰੋਸ਼ਨੀ ਮਚਾ ਜੀ ਜੀ ਕੰਮ ਕੀ ਪਿੰਡ ਦੀ ਰੋਸ਼ਨੀ ਮਚਾ ਜੀ ਜਵਾ। ਹਾਂ, ਪਹਿਲਾਂ ਲੰਬਾ ਤਾਂ ਜੀ ਸ਼ਮਸ਼ਾਨ ਭੂਮੀ ਦੀ ਚਾਰ ਦੀਵਾਰੀ ਬਣੀ, ਇਹ ਕਬਰ ਸਥਾਨ ਜੀ, ਬਾਕੀ ਵਾਟਰ ਸਪਰ ਰਾਜ ਵਾਸਤੇ ਜੀ ਸਾਨੂੰ ਪੈਸੇ ਭਰਤੇ, ਕੁਛ ਦਿਨਾਂ 'ਚ ਕੰਮ ਚੱਲਣ ਵਾਲਾ ਜੀ, ਹੋਰ ਗਲੀਆਂ ਨਾਲੀਆਂ ਦਾ ਇਹ ਤੋਂ ਬਾਅਦ ਹੋ ਜੂਗਾ ਜੀ। ਤੁਸੀਂ ਵੀ ਪਿੰਡ 'ਚ ਪਹਿਲਾਂ ਵੀ ਆਏ ਸੀ ਹੁਣ ਵੀ ਆਏ ਹੋ ਅਤੇ ਕੀ ਤੁਹਾਨੂੰ ਫਰਕ ਦੇਖਣ ਨੂੰ ਮਿਲ ਰਿਹਾ? ਢੀਂਡਸਾ ਸਾਹਿਬ ਨੇ ਸਾਂਸਦ ਸਕੀਮ ਅਧੀਨ ਜਿਹੜਾ ਇਹ ਪਿੰਡ ਅਡੋਪਟ ਕੀਤਾ ਗੁਲਾੜੀ, ਮੇਰਾ ਨਾਲ ਲੱਗਦਾ ਪਿੰਡ ਹੈ, ਸਾਨੂੰ ਪਤਾ ਕਿ ਬਹੁਤ ਜ਼ਿਆਦਾ ਇੱਥੇ ਡਿਵੈਲਪਮੈਂਟ ਚੱਲ ਰਿਹਾ, ਜਿਵੇਂ ਬੇਸਿਕ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਵੀ ਇਹ ਮਾਡਲ ਪਿੰਡ ਬਣਨ ਜਾ ਰਿਹਾ। ਮੇਰੇ ਹਿਸਾਬ ਨਾਲ ਦੂਰੋਂ ਦਰੇਡੇ ਤੋਂ ਲੋਕ ਇਸ ਪਿੰਡ ਨੂੰ ਆਉਣ ਵਾਲੇ ਟਾਈਮ 'ਚ ਦੇਖਣ ਆਇਆ ਕਰਨਗੇ।
हाँ जी, तुहानू की लगता कि अफसर शाही जी पहले तो नहीं सुनती थी हूँ सुन रही है? हाँ जी, कुछ फर्क तो पड़ा है। फिर बात यह नहीं, जो अनपढ़ लोग ने उनकी तो अल तक कोई पता नहीं लग रहा, जो कार्रवाई हो रही है नहीं है, जो कार्रवाई होने के बाद जो यह पूरी हो जाएगी फिर वो पता लगेगा जी। की समझ दो सरपंच साहब, मतलब की होर काम है हले शुरू नहीं हुए और होने चाहिए? कम तो जी बाकी जड़े कम लिखाए हैं जी सारे पूरे हो जाएंगे, बाकी कोई समस्या होगी जी डिंडसा सामना करा जी पूरे कर देंगे। सेहत हाँ, पशु हस्पताल होना चाहिए है, बंदा हस्पताल होना चाहिए है जी। बाकी पानी की जी समस्या है डिंडसा साहब ने सानू पता लग गया भी काफ़ी कुछ डिवेलपमेंट हो रही है, होगी भी डिवेलपमेंट, पानी की भी फैसिलिटी है जी होनी चाहिए है। लोगों को बोर लगाना पैंदा है 50,000 रुपया खर्च करके, पानी दे पहल के तौर पर, सिक्ख्या तौर पर, सेहत का हो बहुत ही लाजमी है जी। बिल्कुल, बहुत कुछ हो चुका है और बहुत कुछ होना बाकी है। वाल्मीकि भाईचारे दे लई शमशान घाट, पिंड दी धर्मशाला, बस स्टैंड, कब्रिस्तान, गंदे पानी दे निकासी अते बूटे लगाउण दा काम भी जंगी पद्धर ते चल रहा है अते रहिंदे कम्मां नूं भी जल्द शुरू करवाउण दी तजवीज इत्थों दा प्रशासन इन्हां लोकां नूं दे रहा है। ਇਹ ਔਨਗੋਇੰਗ ਪ੍ਰੋਸੈਸ ਹੈ, ਇਸ ਨੂੰ ਕੋਈ ਇਹ ਨਾ ਸੋਚਣ ਵੀ ਅੱਜ ਇੱਕ ਡੈਡਲਾਈਨ ਆ ਵੀ ਅੱਜ ਦੀ ਡੇਟ 'ਚ ਸਨ, ਕਿਉਂਕਿ ਇਹ ਤਾਂ ਆਪਾਂ 2016 ਦਾ ਅਲੱਗ ਟਾਰਗੇਟ ਆ, 17 ਦਾ, 18 ਦਾ, 19 ਦਾ। ਸੋ ਕੋਈ ਚੀਜ਼ਾਂ ਨੇ ਜਿਹੜੀਆਂ ਕਿ 2-4 ਦਿਨਾਂ 'ਚ ਜਾਂ 2-4 ਮਹੀਨਿਆਂ 'ਚ ਹੀ ਹੋ ਜਾਂਦੀਆਂ ਸੀ, ਜਿਵੇਂ ਕਿ ਇਸ ਪਿੰਡ ਵਿੱਚ ਕੁਛ ਦੱਸਿਆ ਸੀ ਸ਼ਾਇਦ ਕੁਛ ਬਰਥ ਸਰਟੀਫਿਕੇਟ ਨਹੀਂ ਸੀ ਬਣੇ, ਉਹ ਕੋਈ ਪ੍ਰੋਬਲਮ ਸੀ। ਸੋ ਉਹ ਇੱਕ ਦਿਨ ਕੈਂਪ ਲਾ ਕੇ ਬਰਥ ਡੈਥ ਸਰਟੀਫਿਕੇਟ ਦਾ ਸ਼ਾਇਦ ਉਹ ਮਸਲਾ ਹੁਣ ਹੱਲ ਹੋ ਗਿਆ। ਜੇਕਰ ਤੁਸੀਂ ਇਹਨਾਂ ਨੂੰ ਪੁੱਛੋਗੇ ਤਕਰੀਬਨ ਇਹ ਹੁੰਦੇ ਕਈ ਕੰਮ ਇਮੀਡੀਏਟਲੀ ਹੋਣ ਵਾਲੇ ਉਹ ਹੋ ਗਏ, ਕੁਛ ਕੰਮ ਜਿਵੇਂ 2-3 ਮਹੀਨੇ ਲੱਗਦੇ ਉਸ ਤਰ੍ਹਾਂ ਹੋ ਜਾਣਗੇ, ਕੁਛ 1 ਸਾਲ ਦੇ ਬਾਅਦ ਹੋ ਜਾਣਗੇ। ਸਿਹਤ ਸੇਵਾਵਾਂ ਦਾ ਵੀ ਬਿਲਕੁਲ ਜੀ, ਇੱਥੇ ਇੱਕ ਡਿਸਪੈਂਸਰੀ ਦੀ ਪ੍ਰਪੋਜ਼ਲ ਅਸੀਂ ਉੱਪਰ, ਜੋ ਮੇਰੇ ਖਿਆਲ ਨਾਲ ਬਿਲਡਿੰਗ ਸਹੀ ਨਹੀਂ ਹੈ, ਜੇਕਰ ਬਿਲਡਿੰਗ ਦਾ ਅਸੀਂ ਉਹ ਪ੍ਰਪੋਜ਼ਲ ਉੱਪਰ ਭੇਜੀ ਹੈ। ਸੋ ਵੀ ਹੋਏਗੀ ਜੇ ਬਿਲਡਿੰਗ ਬਣ ਗਈ, ਡਾਕਟਰਸ ਰੈਗੂਲਰ ਅਪੁਆਇੰਟ ਜਾਂ ਆਪਣੇ ਨਰਸ ਉਹਨਾਂ ਦਾ ਹੋਏਗਾ ਤਾਂ ਉਸ ਦੇ ਨਾਲ ਸਿਹਤ ਸੇਵਾਵਾਂ। ਸ਼ਮਸ਼ਾਨ ਘਾਟ ਦਾ ਕੰਮ ਚੱਲ ਰਿਹਾ ਅਤੇ ਆਪਣਾ ਤਲਾਅ ਦਾ ਕੰਮ ਚੱਲ ਰਿਹਾ ਅਤੇ ਸਕੂਲ 'ਚ ਆ ਜਿਹੜਾ ਸੁਵਿਧਾ ਕੇਂਦਰ ਬਣ ਗਿਆ, ਹੋਰ ਕਮੇਟੀਆਂ ਦੀ ਜਿਹੜੀ ਹੁੰਦੀ ਹੈ ਸਟੈਟੀ ਉਹ ਬਣ ਗਈ, ਚਾਲੂ ਹੋ ਗਿਆ ਕੰਮ ਅਤੇ ਪਿੰਡ 'ਚ ਸਫਾਈ ਦਾ ਕੰਮ ਚੱਲ ਰਿਹਾ ਅਤੇ ਬਾਕੀ ਖੇਤਾਂ 'ਚ ਜਿਹੜੀ ਪਾਈਪ ਲਾਈਨ ਹੈ ਉਹ ਕੁਛ ਦੱਬ ਗਈ, ਕੁਛ ਰਹਿ ਗਈ, ਉਹ ਕਹਿਣ ਲੱਗੇ ਵੀ ਅਗਲੇ ਝੋਨਾ ਕੱਟਣ ਤੋਂ ਬਾਅਦ ਹੋ ਜੂਗੀ ਸਟਾਰਟ ਉਹ ਵੀ। ਪਹਿਲਾਂ ਸਰਕਾਰ ਤਾਂ ਜੀ ਸਾਨੂੰ 30 ਸਾਲ ਹੋ ਗਏ ਇੱਥੇ ਰੋੜਿਆਂ ਮੇਂ ਵਾਂਗੂ ਲੱਗ ਰਹੀ ਹੈ ਕੁੱਟਣ, ਹੁਣ ਸਾਨੂੰ ਕੰਮ ਤਾਂ ਹੁਣ ਮਿਲਿਆ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢਿੰਡਸਾ ਵੱਲੋਂ ਗੋਦਲੇ ਪਿੰਡ ਗੁਲਾੜੀ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਿਰਫ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹੀ ਨਹੀਂ ਪਹੁੰਚਦੇ, ਸੋ ਸਾਂਸਦ ਸਾਹਿਬ ਖੁਦ ਵੀ ਅਧਿਕਾਰੀਆਂ ਦੇ ਕੰਮ ਨੂੰ ਰਿਵਿਊ ਕਰਦੇ ਨੇ ਤੇ ਸਮੇਂ ਸਮੇਂ ਤੇ ਜਾਣਕਾਰੀ ਹਾਸਿਲ ਕਰਕੇ ਕੰਮਾਂ ਦੇ ਵਿੱਚ ਤੇਜ਼ੀ ਲਿਆ ਰਹੇ ਨੇ। ਅਸੀਂ ਹੁਣ ਆ ਪਹੁੰਚੇ ਹਾਂ ਇਸ ਇਲਾਕੇ ਦੇ ਸਾਂਸਦ ਦੇ ਕੋਲ, ਜਿੱਥੇ ਅਸੀਂ ਉਹਨਾਂ ਤੋਂ ਪੁੱਛਾਂਗੇ ਇਹ ਯੋਜਨਾ ਕੀ ਹੈ, ਕਿਸ ਤਰ੍ਹਾਂ ਦਾ ਉਹਨਾਂ ਨੇ ਗੁਲਾੜੀ ਦਾ ਵਿਕਾਸ ਕਰਨ ਦਾ ਯਤਨ ਕੀਤਾ। ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਮਿਲਣੀਆਂ ਚਾਹੀਦੀਆਂ, ਚਾਹੇ ਸੀਵਰੇਜ ਹੈ, ਚਾਹੇ ਰੋਡਸ ਨੇ, ਚਾਹੇ ਉਹਨਾਂ ਦਾ ਹੋਰ ਜਿਵੇਂ ਸਕੂਲ ਨੇ, ਹੋਰ ਹੈ ਜੋ ਵੀ ਕੰਮ, ਮਤਲਬ ਇੱਕ ਚੰਗੇ ਪਿੰਡ 'ਚ ਹੋਣਾ ਚਾਹੀਦਾ ਜਾਂ ਸ਼ਹਿਰਾਂ 'ਚ ਹੈ, ਉਹ ਸਾਰੀਆਂ ਸਾਰੀਆਂ ਸਹੂਲਤਾਂ ਉਸ ਪਿੰਡ 'ਚ ਹੋਣੀਆਂ ਚਾਹੀਦੀਆਂ। ਉਹਦੇ ਲਈ ਉਹਨਾਂ ਨੇ ਰੱਖਿਆ ਵੀ ਹਰੇਕ ਐਮਪੀ ਇੱਕ ਪਿੰਡ ਚੁਣੇ, ਉਹਦੇ 'ਚ ਮੈਂ ਇਸ ਪਿੰਡ ਨੂੰ ਚੁਣਿਆ। ਕਿੰਨਾ ਕੁ ਵਿਕਾਸ ਤੁਸੀਂ ਕਰਾਉਣ ਦੇ ਵੀ ਸਫਲ ਹੋ? ਦੇਖੋ, ਅਸੀਂ ਸਾਰਾ ਡੀ ਸੀ ਸਾਹਿਬ ਵੀ ਖੜ੍ਹੇ ਨੇ, ਸਾਰੇ ਐਡਮਿਨਿਸਟ੍ਰੇਸ਼ਨ ਅੱਜ ਆਈ ਸੀ, ਸਾਰੇ ਡਿਪਾਰਟਮੈਂਟ ਆਏ ਸੀ, ਹਰੇਕ ਡਿਪਾਰਟਮੈਂਟ ਨੇ ਆਪੋ ਆਪਣਾ ਬਜਟ ਬਣਾਇਆ, ਸੀਵਰੇਜ ਵਾਲਿਆਂ ਨੇ ਅਲੱਗ ਦਾ ਬਣਾਇਆ ਅਤੇ ਪੰਚਾਇਤ ਵਾਲਿਆਂ ਨੇ ਅਲੱਗ ਦਾ ਬਣਾਇਆ, ਸਾਰਿਆਂ ਨੇ ਉਹ ਤਕਰੀਬਨ 10 ਕਰੋੜ ਰੁਪਈਆ ਉਹਦੇ 'ਚ ਬਣਦਾ। ਉਹਦੇ 'ਚੋਂ ਅਸੀਂ 1 ਕਰੋੜ ਅਤੇ 12 ਲੱਖ ਰੁਪਇਆ ਇੱਥੇ ਆ ਚੁੱਕਿਆ ਹੈ ਅਤੇ ਜਿਹਦੇ 'ਚੋਂ 80 ਲੱਖ ਮੈਂ ਆਪਦੇ ਫੰਡ ਵਿੱਚੋਂ ਦਿੱਤਾ, ਬਾਕੀ ਸਾਰੇ 90 ਲੱਖ, ਬਾਕੀ ਸਾਰੇ ਜਿਹੜੇ ਹੈਗੇ ਨੇ ਉਹ ਸਾਰੇ ਡਿਪਾਰਟਮੈਂਟਾਂ ਨੂੰ ਅਸੀਂ ਲਿਖ ਚੁੱਕੇ ਹਾਂ ਔਰ ਬਾਦ ਸਾਹਿਬ ਨੇ ਮੈਨੂੰ ਕਿਹਾ ਵੀ ਅਸੀਂ ਬਾਕੀ ਡਿਪਾਰਟਮੈਂਟ ਨੂੰ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਜਿਹੜਾ ਕੰਮ ਹੈ ਉਹ ਪੂਰਾ ਕਰ ਦੇਣਗੇ। ਔਰ ਇਸ ਪਿੰਡ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਆਰਥਿਕ ਪੱਧਰ ਦੇ ਉੱਤੇ ਤੇ ਜਾਂ ਇਹਨਾਂ ਦੇ ਲਿਵਿੰਗ ਸਟਾਈਲ ਨੂੰ ਉੱਪਰ ਚੁੱਕਣ ਲਈ ਕਿਸ ਤਰ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੁਹਾਡੇ ਮਨ ਦੇ ਵਿੱਚ? ਦੇਖੋ, ਇਹਨਾਂ ਦਾ ਇੱਕ ਮੰਗ ਹੈ ਕਿ ਸਾਡਾ ਹਾਈ ਸਕੂਲ ਬਣਨਾ ਚਾਹੀਦਾ, ਮਿਡਲ ਸਕੂਲ ਹੈ ਲੇਕਿਨ ਉਹ ਨੌਨਜ਼ ਪੂਰੇ ਨਹੀਂ ਕਰਦਾ, ਲੇਕਿਨ ਹੁਣ ਸਪੈਸ਼ਲ ਕੇਸ 'ਤੇ ਅਸੀਂ ਕਿਹਾ ਵੀ ਇਹਨੂੰ ਹਾਈ ਸਕੂਲ ਬਣਵਾਵਾਂਗੇ, ਭਾਵੇਂ ਨੌਰਮਸ ਪੂਰੇ ਕਰਦਾ ਕਿ ਨਹੀਂ ਕਰਦਾ ਕਿਉਂਕਿ ਸਾਥ ਦੱਸਦਾ। ਇਸ ਕਰਕੇ ਕੁਦਰਤੀ ਆ, ਜਦੋਂ ਸਕੂਲ ਅਪਗ੍ਰੇਡ ਹੋਏਗਾ ਹੋਰ ਬੱਚੇ ਪੜ੍ਹਨਗੇ ਅਤੇ ਹੋਰ ਵੀ ਉਹ ਜਿਹੀਆਂ ਜਮਾਨਾ ਹੋ ਜਿਵੇਂ ਹੋਣਗੀਆਂ ਉਹ ਪੂਰੀਆਂ ਕਰਾਂਗੇ। ਕੁੱਲ ਮਿਲਾ ਕੇ ਜੋ ਪਿੰਡ ਬੇਹੱਦ ਪਿਛੜਿਆਂ ਪਿੰਡਾਂ ਦੀ ਗਿਣਤੀ ਦੇ ਵਿੱਚ ਸੀ ਉਹ ਅੱਜ ਵਿਕਾਸ ਦੀ ਲੀਹਾਂ ਤੇ ਤੁਰ ਰਿਹਾ ਹੈ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਪਿੰਡ ਨੂੰ ਜੋ ਅਡਾਪਟ ਕੀਤਾ ਗਿਆ ਉਸ ਦਾ ਲਾਹਾ ਹੁਣ ਲੋਕਾਂ ਨੂੰ ਮਿਲਦਾ ਦਿਖ ਰਿਹਾ ਹੈ। ਲੋਕ ਖੁਸ਼ ਨੇ ਕਿ ਪਿੰਡ ਦੀ ਦਿਸ਼ਾ ਤੇ ਦਸ਼ਾ ਬਦਲ ਰਹੀ ਹੈ। ਲੋਕ ਭਾਵੇਂ ਕਿ ਇਹ ਵੀ ਮੰਨ ਰਹੇ ਨੇ ਕਿ ਸਮੱਸਿਆਵਾਂ ਬਹੁਤ ਨੇ ਪਰ ਜਿਸ ਤਰ੍ਹਾਂ ਦੇ ਨਾਲ ਕੰਮ ਚੱਲ ਰਿਹਾ ਹੈ
बिना शक पिंड दी नुहार आउंदे दिनां दे विच बदली दिसेगी। फिलहाल राज्यसभा मैंबर सुखदेव सिंह ढींडसा वालों इस पिंड नूं गोद ले जाण तों बाद विकास कार्ज लगातार जारी ने और आने वाले समय च इस पिंड की नुहार जरूर बदलेगी। अज की खास पेशकश इन्ना ही, तुसी बने रहो PTC न्यूज़ के नाल।